ਮੇਰਾ ਨਾਮ ਦਿਗਵਿਜੇ ਸਿੰਘ, ਮੈਂ ਜਨਰਲ ਸਕੱਤਰ ਹਾਂ ਜੀ ਸ਼ਿਵਾਲਾ ਮੰਡਲ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰੀ ਜੀ। ਅੱਜ ਜਿਹੜੀ ਮੀਟਿੰਗ ਹੋਈ ਹੈ ਜੀ, ਇਹ ਭਾਰਤੀ ਜਨਤਾ ਪਾਰਟੀ ਦੇ ਸ਼ਿਵਾਲਾ ਮੰਡਲ ਅਤੇ ਵੇਰਕਾ ਮੰਡਲ ਦੀ ਹੋਈ ਹੈ। ਤਕਰੀਬਨ 115 ਤੋਂ 120 ਬੂਥ 'ਤੇ ਜੀ, ਬੂਥ ਲੈਵਲ ਦੇ ਵਰਕਰਾਂ ਨਾਲ ਸਾਡੀ ਮੀਟਿੰਗ ਹੋਈ ਹੈ। ਬੂਥ ਮਜ਼ਬੂਤ ਕਰਨ ਵਾਸਤੇ ਉਹਨਾਂ ਨੂੰ ਪਾਰਟੀ ਦੀ ਜੋ ਵੀ ਗਾਈਡਲਾਈਨਸ ਹੈਗੀ ਉਹਨਾਂ ਦੱਸੀ ਗਈ ਹੈ। ਆਉਣ ਵਾਲੇ ਇਲੈਕਸ਼ਨ 'ਚ ਜਿੰਨਾ ਮਜ਼ਬੂਤ ਸਾਡਾ ਬੂਥ ਹੋਏਗਾ ਜੀ, ਅਤੇ ਉਨਾ ਹੀ ਸਾਡੀ ਜਿੱਤ ਪੱਕੀ ਹੋਏਗੀ ਜੀ। 2024 ਦੀ ਇਲੈਕਸ਼ਨ ਤੇ ਤੁਹਾਡੀ ਪਾਰਟੀ ਪੂਰੀ ਤਿਆਰ? ਦੇਖੋ ਜੀ, 5 ਰਾਜਿਆਂ 'ਚ ਚੁਣਾਵ ਹੋਏ ਨੇ। 5 ਰਾਜਿਆਂ ਦੇ ਚੁਣਾਵਾਂ ਦੇ ਨਤੀਜੇ ਨੇ ਦੱਸਤਾ ਕਿ ਭਾਰਤੀ ਜਨਤਾ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ। ਅਤੇ 24 ਦਾ ਇਲੈਕਸ਼ਨ ਨਿਸ਼ਚਿਤ ਤੌਰ 'ਤੇ ਨਰਿੰਦਰ ਭਾਈ ਮੋਦੀ ਜੀ ਦੇ ਨੇਤਰਤਵ ਵਿੱਚ ਭਾਰਤੀ ਜਨਤਾ ਪਾਰਟੀ ਵਿਜੇ ਹੋਏਗੀ, ਅਤੇ ਪੰਜਾਬ ਦੀ ਸਾਡੀ ਇਕਾਈ ਹੈ ਜਿਹੜੀ ਪ੍ਰਦੇਸ਼ ਦੀ, ਉਹ ਵੀ ਪੂਰੀ ਮਜ਼ਬੂਤੀ ਨਾਲ ਲੋਕ ਸਭਾ ਚੁਣਾਵ ਲੜਨ ਜਾ ਰਹੀ ਹੈ ਜੀ। ਅਤੇ ਸਾਨੂੰ ਪੂਰਨ ਆਸ਼ਾ ਹੈ ਜੀ ਕਿ ਆਪਾਂ ਤਕਰੀਬਨ 7 ਤੋਂ 8 ਸੀਟਾਂ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਭਾਈ ਮੋਦੀ ਜੀ ਦੀ ਝੋਲੀ 'ਚ ਪਾ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਫਿਰ ਤੋਂ ਦੁਬਾਰਾ ਬਣਾਵਾਂਗੇ ਜੀ। ਇਹ ਸ਼ਿਵਾਲਾ ਮੰਡਲ ਦੇ 6 ਵਾਰਡ, ਵੇਰਕਾ ਮੰਡਲ ਦੇ 6 ਵਾਰਡ, ਅਤੇ ਉਹਨਾਂ ਦੀ ਮੀਟਿੰਗ ਸੀਗੀ ਜੀ। ਸਾਡੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਜੀ, ਲੋਕ ਸਭਾ ਇੰਚਾਰਜ ਸਾਡੇ ਸ਼੍ਰੀਮਾਨ ਰਜਿੰਦਰ ਮੋਹਨ ਛੀਨਾ ਜੀ, ਉਹ ਮੌਜੂਦ ਸੀਗੇ। ਉਹਨਾਂ ਨੇ ਵਰਕਰਾਂ ਨਾਲ 1-to-1 ਮੀਟਿੰਗ ਕੀਤੀ ਜੀ। ਤਕਰੀਬਨ ਜੀ 150 ਤੋਂ 200 ਸਾਡੇ ਬੂਥ ਦੇ ਵਰਕਰ ਸੀਗੇ ਜਿਹੜੇ ਇਕੱਠ ਸੀਗਾ, ਜਿਹਨਾਂ ਨੂੰ ਪਾਰਟੀ ਦੀਆਂ ਗਾਈਡਲਾਈਨਸ ਬਾਰੇ ਦੱਸਿਆ ਗਿਆ, ਕਿਵੇਂ ਵਰਕਰਾਂ 'ਚ ਜਾਣਾ ਹੈ, ਕਿਵੇਂ ਲੋਕਾਂ ਨੂੰ ਸਮਝਾਉਣਾ ਹੈ, ਕਿਵੇਂ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਲੈ ਕੇ ਜਾਣਾ ਜੀ, ਉਹਦੇ ਮਤਲਬ ਕੇ ਮੀਟਿੰਗ ਕੀਤੀ ਗਈ ਜੀ। ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ? ਦੇਸ਼ ਵਾਸੀਆਂ ਨੂੰ ਇੱਕੋ ਮੈਸੇਜ ਦੇਣਾ ਚਾਹਾਂਗੇ ਜੀ, ਭਾਰਤੀ ਜਨਤਾ ਪਾਰਟੀ ਨਾਲ ਜੁੜੋ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਜੀ, ਉਹ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲੈ ਜਾਂਦੀ ਹੈ, ਦੇਸ਼ ਨੂੰ ਮਜ਼ਬੂਤ ਕਰਦੀ ਹੈ, ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ। ਇਸ ਕਰਕੇ ਨਰਿੰਦਰ ਭਾਈ ਮੋਦੀ ਜੀ ਦਾ 3ਰੀ ਵਾਰ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਵੱਧ ਤੋਂ ਵੱਧ ਯੋਗਦਾਨ ਪਾਓ ਜੀ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ, ਅਤੇ ਆਪਣੇ ਗਲੀ ਮੁਹੱਲਿਆਂ 'ਚ, ਆਪਣੇ ਰਿਸ਼ਤੇਦਾਰਾਂ 'ਚ, ਸਖੀ ਸੰਬੰਧੀਆਂ 'ਚ ਜਾ ਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਵੋਟ ਕਰਨ ਵਾਸਤੇ ਪ੍ਰੇਰਿਤ ਕਰੋ ਜੀ। ਇਹੀ ਸਾਡਾ ਸੰਦੇਸ਼ ਹੈ ਜੀ ਭਾਰਤ ਵਾਸੀਆਂ ਨੂੰ। ਹਾਂਜੀ ਸਰ, ਕੀ ਨਾਮ ਜੇ ਤਾਂ ਅੱਜ ਜਿਹੜੀ ਮੀਟਿੰਗ ਰੱਖੀ ਗਈ ਉਹਦੇ ਬਾਰੇ ਦੱਸੋ। ਮੇਰਾ ਨਾਮ ਦਿਗਵਿਜੇ ਸਿੰਘ, ਮੈਂ ਜਨਰਲ ਸਕੱਤਰ ਹਾਂ ਜੀ ਸ਼ਿਵਾਲਾ ਮੰਡਲ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰੀ ਜੀ। ਅੱਜ ਜਿਹੜੀ ਮੀਟਿੰਗ ਹੋਈ ਹੈ ਜੀ, ਇਹ ਭਾਰਤੀ ਜਨਤਾ ਪਾਰਟੀ ਦੇ ਸ਼ਿਵਾਲਾ ਮੰਡਲ ਅਤੇ ਵੇਰਕਾ ਮੰਡਲ ਦੀ ਹੋਈ ਹੈ। ਤਕਰੀਬਨ 115 ਤੋਂ 120 ਬੂਥ 'ਤੇ ਜੀ, ਬੂਥ ਲੈਵਲ ਦੇ ਵਰਕਰਾਂ ਨਾਲ ਸਾਡੀ ਮੀਟਿੰਗ ਹੋਈ ਹੈ। ਬੂਥ ਮਜ਼ਬੂਤ ਕਰਨ ਵਾਸਤੇ ਉਹਨਾਂ ਨੂੰ ਪਾਰਟੀ ਦੀ ਜੋ ਵੀ ਗਾਈਡਲਾਈਨਸ ਹੈਗੀ ਉਹਨਾਂ ਦੱਸੀ ਗਈ ਹੈ। ਆਉਣ ਵਾਲੇ ਇਲੈਕਸ਼ਨ 'ਚ ਜਿੰਨਾ ਮਜ਼ਬੂਤ ਸਾਡਾ ਬੂਥ ਹੋਏਗਾ ਜੀ, ਅਤੇ ਉਨਾ ਹੀ ਸਾਡੀ ਜਿੱਤ ਪੱਕੀ ਹੋਏਗੀ ਜੀ। 2024 ਦੀ ਇਲੈਕਸ਼ਨ ਤੇ ਤੁਹਾਡੀ ਪਾਰਟੀ ਪੂਰੀ ਤਿਆਰ? ਦੇਖੋ ਜੀ, 5 ਰਾਜਿਆਂ 'ਚ ਚੁਣਾਵ ਹੋਏ ਨੇ। 5 ਰਾਜਿਆਂ ਦੇ ਚੁਣਾਵਾਂ ਦੇ ਨਤੀਜੇ ਨੇ ਦੱਸਤਾ ਕਿ ਭਾਰਤੀ ਜਨਤਾ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ। ਅਤੇ 24 ਦਾ ਇਲੈਕਸ਼ਨ ਨਿਸ਼ਚਿਤ ਤੌਰ 'ਤੇ ਨਰਿੰਦਰ ਭਾਈ ਮੋਦੀ ਜੀ ਦੇ ਨੇਤਰਤਵ ਵਿੱਚ ਭਾਰਤੀ ਜਨਤਾ ਪਾਰਟੀ ਵਿਜੇ ਹੋਏਗੀ, ਅਤੇ ਪੰਜਾਬ ਦੀ ਸਾਡੀ ਇਕਾਈ ਹੈ ਜਿਹੜੀ ਪ੍ਰਦੇਸ਼ ਦੀ, ਉਹ ਵੀ ਪੂਰੀ ਮਜ਼ਬੂਤੀ ਨਾਲ ਲੋਕ ਸਭਾ ਚੁਣਾਵ ਲੜਨ ਜਾ ਰਹੀ ਹੈ ਜੀ। ਅਤੇ ਸਾਨੂੰ ਪੂਰਨ ਆਸ਼ਾ ਹੈ ਜੀ ਕਿ ਆਪਾਂ ਤਕਰੀਬਨ 7 ਤੋਂ 8 ਸੀਟਾਂ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਭਾਈ ਮੋਦੀ ਜੀ ਦੀ ਝੋਲੀ 'ਚ ਪਾ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਫਿਰ ਤੋਂ ਦੁਬਾਰਾ ਬਣਾਵਾਂਗੇ ਜੀ। ਇਹ ਸ਼ਿਵਾਲਾ ਮੰਡਲ ਦੇ 6 ਵਾਰਡ, ਵੇਰਕਾ ਮੰਡਲ ਦੇ 6 ਵਾਰਡ, ਅਤੇ ਉਹਨਾਂ ਦੀ ਮੀਟਿੰਗ ਸੀਗੀ ਜੀ। ਸਾਡੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਜੀ, ਲੋਕ ਸਭਾ ਇੰਚਾਰਜ ਸਾਡੇ ਸ਼੍ਰੀਮਾਨ ਰਜਿੰਦਰ ਮੋਹਨ ਛੀਨਾ ਜੀ, ਉਹ ਮੌਜੂਦ ਸੀਗੇ। ਉਹਨਾਂ ਨੇ ਵਰਕਰਾਂ ਨਾਲ 1-to-1 ਮੀਟਿੰਗ ਕੀਤੀ ਜੀ। ਤਕਰੀਬਨ ਜੀ 150 ਤੋਂ 200 ਸਾਡੇ ਬੂਥ ਦੇ ਵਰਕਰ ਸੀਗੇ ਜਿਹੜੇ ਇਕੱਠ ਸੀਗਾ, ਜਿਹਨਾਂ ਨੂੰ ਪਾਰਟੀ ਦੀਆਂ ਗਾਈਡਲਾਈਨਸ ਬਾਰੇ ਦੱਸਿਆ ਗਿਆ, ਕਿਵੇਂ ਵਰਕਰਾਂ 'ਚ ਜਾਣਾ ਹੈ, ਕਿਵੇਂ ਲੋਕਾਂ ਨੂੰ ਸਮਝਾਉਣਾ ਹੈ, ਕਿਵੇਂ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਲੈ ਕੇ ਜਾਣਾ ਜੀ, ਉਹਦੇ ਮਤਲਬ ਕੇ ਮੀਟਿੰਗ ਕੀਤੀ ਗਈ ਜੀ। ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ?
ਦੇਸ਼ ਵਾਸੀਆਂ ਨੂੰ ਇੱਕੋ ਮੈਸੇਜ ਦੇਣਾ ਚਾਹਾਂਗੇ ਜੀ, ਭਾਰਤੀ ਜਨਤਾ ਪਾਰਟੀ ਨਾਲ ਜੁੜੋ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਜੀ, ਉਹ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲੈ ਜਾਂਦੀ ਹੈ, ਦੇਸ਼ ਨੂੰ ਮਜ਼ਬੂਤ ਕਰਦੀ ਹੈ, ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ। ਇਸ ਕਰਕੇ ਨਰਿੰਦਰ ਭਾਈ ਮੋਦੀ ਜੀ ਦਾ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਵੱਧ ਤੋਂ ਵੱਧ ਯੋਗਦਾਨ ਪਾਓ ਜੀ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ, ਅਤੇ ਆਪਣੇ ਗਲੀ ਮੁਹੱਲਿਆਂ 'ਚ, ਆਪਣੇ ਰਿਸ਼ਤੇਦਾਰਾਂ 'ਚ, ਸਖੀ ਸੰਬੰਧੀਆਂ 'ਚ ਜਾ ਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਵੋਟ ਕਰਨ ਵਾਸਤੇ ਪ੍ਰੇਰਿਤ ਕਰੋ ਜੀ। ਇਹੀ ਸਾਡਾ ਸੰਦੇਸ਼ ਹੈ ਜੀ ਭਾਰਤ ਵਾਸੀਆਂ ਨੂੰ।